ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਕਾਰਗਿਲ ਸ਼ਹੀਦ ਕੁਲਦੀਪ ਸਿੰਘ ਸਰਕਾਰੀ ਸੈਕੰਡਰੀ ਸਕੂਲ ਦੇ ਵਿੱਚੋਂ 75 ਮੁੰਡੇ ਅਤੇ ਕੁੜੀਆਂ ਦੇ ਵਿੱਚੋਂ 9 ਬੱਚੇ ਹੀ ਪਾਸ ਹੋ ਸਕੇ ਨੇ, ਜਿਸ ਦੇ ਕਾਰਨ ਇਹ ਸਕੂਲ ਕਾਫੀ ਸੁਰਖੀਆਂ ਦੇ ਵਿੱਚ ਹੈ। ਸਕੂਲ ਦਾ ਨਾਮ ਪੂਰਾ ਦੱਸੋ। ਸ਼ਹੀਦ ਕੁਲਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੰਨ। ਐਕਚੁਅਲੀ ਨਾ ਨਤੀਜੇ ਸਾਨੂੰ ਤੇ ਸਰ ਨੇ ਬਹੁਤ ਵਧੀਆ ਪੜ੍ਹਾਇਆ ਆ, ਅਤੇ ਅਸੀਂ ਖੁਦ ਵੀ ਪੂਰੀ ਮਿਹਨਤ ਕੀਤੀ ਆ, ਕਿਉਂਕਿ ਸਰ ਇੰਨਾ ਸਾਡਾ ਸਾਥ ਦਿੰਦੇ ਆ, ਸਾਨੂੰ ਵੀ ਚਾਹੀਦਾ ਕਿ ਅਸੀਂ ਕੁਝ ਕਰਕੇ ਵਿਖਾਈਏ। ਸਰ ਨੇ ਸਾਨੂੰ ਇੰਨਾ ਵਧੀਆ ਪੜ੍ਹਾਇਆ ਆ, ਅਤੇ ਅਸੀਂ ਵੀ ਪੜ੍ਹ ਕੇ ਵਿਖਾਇਆ ਕਿ ਅਸੀਂ ਪੜ੍ਹ ਸਕਦੇ ਹਾਂ ਆਪਣੇ ਸਕੂਲ ਦਾ। ਇਸ ਕਰਕੇ ਅਸੀਂ ਆਪਣਾ ਰਿਜ਼ਲਟ ਤਾਂ ਬਹੁਤ ਵਧੀਆ ਲਿਆਂਦਾ ਹੈ। ਕਿੰਨੇ ਬੱਚੇ ਪਾਸ ਹੋਏ? 9 ਬੱਚੇ। ਕਿੰਨੇ ਬੱਚੇ ਟੋਟਲ ਆ? 75 ਬੱਚੇ ਫੇਲ। ਕਿੰਨਾ ਛੋਟੇ? ਸਰ ਮੇਰਾ ਲਾਸਟ ਕਲਾਸ ਹੈ। ਕਿਹੜਾ ਸਕੂਲ ਹੈ ਨਾ? ਸਰ ਕੰਨ ਸਕੂਲ ਸੀ ਪਹਿਲੇ। ਕਿੰਨੇ ਸਟੈ ਸੀਗੇ? ਅੱਛਾ। ਤੇ ਸਰ ਸਾਡੀ ਗਲਤੀ ਕਿਹੀ ਪੜੇ ਨਹੀਂ ਆ ਸਰ, ਮੇਰਾ ਪੇਪਰ ਬਹੁਤ ਔਖਾ ਹੈ। ਤੇ ਫਿਰ ਜੀ ਦੇਰ ਹੈ, ਇਹ ਪੂਰੀ ਮਿਹਨਤ ਕਰਾਂਗੇ ਅੱਗੇ ਪੜ੍ਹਨ ਵਾਸਤੇ ਔਰ ਤਿਆਰੀ ਕਰਨ ਦਾ ਹੈ। ਪੇਪਰ ਔਖਾ ਹੀ ਸਰ ਤੋਂ ਹੋਇਆ ਨਹੀਂ, ਟਾਈਮ ਥੋੜਾ ਮਿਲਿਆ ਹੀ, ਟਾਈਮ ਥੋੜਾ ਮਿਲਿਆ ਹੀ ਸਾਨੂੰ ਸਰ ਤੋਂ, ਜਿੰਨਾ ਕਿ ਸਾਨੂੰ ਯਾਦ ਹੀ ਹੈ ਉਹਨਾਂ ਹੀ ਕੀਤਾ। ਤੇ ਬਾਕੀ 9 ਕਿਵੇਂ ਪਾਸ ਹੋ ਗਏ ਸਰ? ਉਹਨਾਂ ਨੇ ਕਿਵੇਂ ਕਰ ਲਿਆ? ਸਰ ਉਹਨਾਂ ਨੇ ਯਾਦ ਕੀਤਾ ਸੀਗਾ ਪੇਪਰ। ਤੁਸੀਂ? ਸਰ ਜੀ ਸਾਡੇ ਤੋਂ ਨਹੀਂ ਹੋਇਆ ਪੇਪਰ ਯਾਦ, ਅਸੀਂ ਥੋੜ੍ਹਾ ਪੇਪਰ ਕੀਤਾ ਸੀਗਾ, ਇਸ ਕਰਕੇ ਉਹ ਪਾਸ ਹੋ ਗਏ। ਗਾੜੀ ਰਿਜ਼ਲਟ ਤੇ ਮਾੜਾ ਹੀ ਹੋਣ ਕੀਤਾ। ਨਾ ਨਾ ਬੰਦ, ਉਹ ਮਾਈਕ ਤੁਹਾਡੇ ਲੱਗ ਰਿਹਾ। ਇਹ ਹਲੋ ਹਾਂਜੀ, ਇਹ ਤਾਂ ਹੈ ਹੀ ਆ। ਹਾਂਜੀ ਮੈਡਮ ਜੀ, ਕੀ ਨਾਮ ਜੀ ਆਪਣਾ? ਅਮਰਜੀਤ ਕੌਰ। ਕਿਹੜਾ ਸਕੂਲ ਹੈ? ਸੀਨੀਅਰ ਸੈਕੰਡਰੀ ਸਕੂਲ ਕੰਮ। ਮੈਥ ਦਾ ਪੇਪਰ ਸਾਡਾ ਥੋੜ੍ਹੇ ਕੰਪਾਰਟਮੈਂਟ ਹੈ ਬੱਚਿਆਂ ਦੇ, ਅਤੇ ਅੰਗਰੇਜ਼ੀ ਥੋੜ੍ਹੀ ਆ, ਬਾਕੀ ਸਾਰੇ ਵਿਸ਼ਿਆਂ 'ਚੋਂ ਰਿਜ਼ਲਟ ਜਿਹੜਾ ਸਾਡਾ ਠੀਕ, ਆਲਮੋਸਟ ਠੀਕ। ਸਹੀ ਬੱਚੇ ਕੀ ਹੈ? ਅਤੇ 9 ਹੀ ਬੱਚੇ ਪਾਸ ਹੋਏ, ਅਤੇ 75 ਬੱਚਿਆਂ ਨੇ ਦਿੱਤਾ ਹੈ ਪੇਪਰ। ਸਹੀ ਪਾਸ ਤਾਂ 9 ਹੀ ਹੋਏ, 75 ਬੱਚੇ ਸਾਡੇ। ਸਰ ਤਾਂ ਸੁਣਾਈ 75 ਸਹੀ ਪਾਸ ਕਿੰਨੇ ਹੋਏ ਜੀ? ਸਹੀ ਪਾਸ ਫਿਰ ਤੇ 9 ਹੀ ਪਾਸ ਕੀਤੇ। 9 ਕਾਰਨ ਇੱਕ ਤੇ ਸਭ ਤੋਂ ਨੰਬਰ ਇੱਕ ਤੇ ਸਟਾਫ ਦੀ ਬਹੁਤ ਘਾਟ ਆ, ਕਿਉਂਕਿ 35-36 ਹੈਗੇ ਆ ਸਾਰੇ ਸਾਡੇ ਕੋਲ ਟੋਟਲ ਕੋਰਸਸ ਜਿਹੜੀਆਂ ਇੰਨੀਆਂ ਨਾ, ਸਾਰੀਆਂ ਖਾਲੀ ਹੈਗੀਆਂ। 6 ਅਸੀਂ ਟੀਚਿੰਗ ਦੇ, ਬਾਕੀ ਸਾਰੇ ਨੋਨ ਟੀਚਿੰਗ ਦੇ, 6-7 ਮੈਂਬਰ ਨੋਨ ਟੀਚਿੰਗ ਦੇ ਸਾਡੇ ਕੋਲ, 13 ਮੈਂਬਰ ਅਸੀਂ ਵਰਕ ਕਰ ਰਹੇ ਹਾਂ। 500 ਤੋਂ 500 ਦੇ ਕਰੀਬ ਮਤਲਬ ਟੀਚਰ ਘੱਟ ਹੋਣ ਕਰਕੇ ਬੱਚੇ ਫੇਲ ਹੋਏ ਨੇ ਜੀ। ਹਾਂਜੀ, ਕੀ ਵਾਸਤੇ? ਤੇ ਅਸੀਂ ਚੰਗੀ ਪੜ੍ਹਾਈ ਵਾਸਤੇ ਇਹੋ ਡਿਮਾਂਡ ਕਰਦੇ ਹਾਂ ਕਿ ਇੱਕ ਤੇ ਸਾਡਾ ਸਟਾਫ ਜਿਹੜਾ ਪੂਰਾ ਕੀਤਾ ਜਾਵੇ, ਨੰਬਰ 2 ਤੇ ਜਿਹੜੇ ਸੈਮੀਨਾਰ ਵਗੈਰਾ ਲੱਗਦੇ ਆ ਉਹ ਨਾ ਲਾਏ ਜਾਣ ਪ੍ਰੀਖਿਆ ਦੇ ਦੌਰਾਨ। ਅਤੇ ਸਰਕਾਰ ਦੀ ਬਿਲਕੁਲ ਮਾੜੀ ਨੀਤੀ ਆ, ਪੋਲਸੀ ਮਾੜੀ ਹੈਗੀ ਆ, ਇਹਨੂੰ ਬਿਲਕੁਲ ਬੰਦ ਕਰਨਾ ਚਾਹੀਦਾ, ਕਿਉਂਕਿ ਬੱਚਿਆਂ ਦਾ ਬੇਸ ਜਿਹੜਾ ਉਹ ਪਹਿਲੀ ਤੋਂ ਲੈ ਕੇ 8ਵੀਂ ਤੱਕ ਮੇਨ ਬੇਸ ਉਦੋਂ ਬਣਦਾ ਬੱਚਿਆਂ ਦਾ, ਅਤੇ ਇਹ ਜਦੋਂ ਆਪਾਂ ਬੱਚਾ ਕੋਈ ਫੇਲ ਹੀ ਨਹੀਂ ਕਰਦੇ ਅਤੇ ਬੱਚਿਆਂ ਦਾ ਬੇਸ ਨਹੀਂ ਬਣਦਾ, ਆਣ ਕੇ 9ਵੀਂ ਦੇ ਵਿੱਚ ਉਹਨਾਂ ਦੀ ਸਥਿਤੀ ਬਹੁਤ ਮਾੜੀ ਹੋ ਜਾਂਦੀ ਹੈ, ਕਿਉਂਕਿ ਉਦੋਂ ਬੱਚੇ ਨੇ ਪੜ੍ਹਨਾ ਹੁੰਦਾ, ਬੱਚੇ ਨੂੰ ਫੇਲ ਕਰਨਾ ਹੁੰਦਾ, ਪਾਸ ਕਰਨਾ ਹੁੰਦਾ, ਤਦ ਕਰਕੇ ਬੱਚਿਆਂ ਦੇ ਜਿਹੜਾ 8ਵੀਂ ਤੱਕ ਜਿਹੜਾ ਬੱਚੇ ਨੂੰ ਫੇਲ ਨਹੀਂ ਨਾ ਕਰਦੇ, ਉਹ ਮਾੜੀ ਗੱਲ ਹੈਗੀ ਆ, ਬੱਚਿਆਂ ਨੂੰ ਫੇਲ ਕਰਨਾ ਚਾਹੀਦਾ। ਤਰਨ ਤਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।